ਅਸੀਂ ਟੈਕਸ ਤੁਹਾਡੇ ਤੋਂ ਲਵਾਂਗੇ ਪਰ ਇੱਕ ਗੱਲ ਦਾ ਯਕੀਨ ਰੱਖਿਓ ਉਹ ਟੈਕਸ ਜੇ 100 ਰੁਪਇਆ ਲੈ ਲਿਆ ਤੁਹਾਡੇ ਤੋਂ 101 ਰੁਪਇਆ ਕਰਕੇ ਤੁਹਾਡੇ ਤੇ ਲਾਵਾਂਗੇ ਅਸੀਂ 101 ਰੁਪਇਆ ਉਹ ਪੁੱਲ ਦੇ ਰੂਪ ਚ ਆਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਚਾਹੇ ਉਹ ਪੁੱਲ ਤੇ ਪੁੱਲ ਬਣਾਈਏ ਚਾਹੇ ਚਾਹੇ ਆ ਜਿਹੜੇ ਸੜਕਾਂ ਤੇ ਲੱਗੇ ਹੋਏ ਨੇ ਨਾਕੇ ਦੋ ਤਾਂ ਖਤਮ ਕਰਤੇ ਦੋ ਤਿੰਨ ਹੋਰ ਨੇ ਹੁਣ ਵੀ ਭਾਈ ਤੁਹਾਡੀ ਐਕਸਪਾਇਰੀ ਡੇਟ ਜਿਹੜੀ ਹੈ ਉਹ ਲੰਘ ਚੁੱਕੀ ਹੈ ਕਹਿੰਦੇ ਕਰੋਨਾ ਆ ਗਿਆ ਸੀ ਸਾਡਾ ਵਧਾਓ ਮੈਂ ਕਿਹਾ ਕਰੋਨਾ ਸਾਡੇ ਇਕੱਲੇ 'ਤੇ ਆਇਆ ਸੀ ਸਾਰਿਆਂ 'ਤੇ ਆਇਆ ਸੀਗਾ ਇਹ ਥੋੜ੍ਹੀ ਹੁੰਦਾ ਮੈਂ ਕਿਹਾ ਵੀ ਨੈਸ਼ਨਲ ਡਿਜ਼ਾਸਟਰ ਹੈ ਉਹ ਤਾਂ ਵਧਾ ਨਹੀਂ ਸਕਦੇ ਅਸੀਂ ਚੁੱਪ ਕਰਕੇ ਆਪਣਾ ਜਿਹੜਾ ਟੋਲ ਪਲਾਜ਼ਾ ਚੱਕ ਕੇ ਲੈ ਜਾਓ ਇੱਥੋਂ ਬਹੁਤ ਹੋ ਗਿਆ ਸੋ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਵੀ ਕੁਛ ਖਬਰੀਆਂ ਮਿਲਣਗੀਆਂ ਕਿ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਪਹਿਲਾਂ ਪੰਜਾਬ ਨੂੰ ਮਾਫੀਏ ਤੋਂ ਭ੍ਰਿਸ਼ਟਾਚਾਰੀਆਂ ਤੋਂ ਇਹਨਾਂ ਤੋਂ ਆਜ਼ਾਦ ਤਾਂ ਕਰਾਉਣਾ ਕਰਾਈ ਜਾਂਦੇ ਹਾਂ ਪੰਜਾਬ ਨੂੰ ਤਾਂ ਹਜੇ ਸੜਕਾਂ ਆਜ਼ਾਦ ਨਹੀਂ ਹੈਗੀਆਂ ਸਾਡੀਆਂ ਪੰਜਾਬ ਦੀਆਂ ਸੜਕਾਂ ਆਜ਼ਾਦ ਕਰਾਉਣੀਆਂ ਪਹਿਲਾਂ ਤਾਂ ਕਿ ਸੜਕਾਂ ਤਾਂ ਸਾਡੀਆਂ ਹੋਣ ਸਰਕਾਰਾਂ ਦਾ ਕੰਮ ਕੀ ਹੁੰਦਾ ਸੜਕਾਂ ਬਣਾਉਣਾ ਫਰਜ਼ ਹੁੰਦਾ ਸਰਕਾਰਾਂ ਇਹਨਾਂ ਨੇ ਕੋਈ ਸੜਕ ਵੀ ਨਹੀਂ ਛੱਡੀ ਇਹ ਜਿਹੜੀ ਤਾਂ ਜਿਹਦੇ ਟੋਲ ਨਾ ਲਾਇਆ ਹੋਵੇ ਔਰ ਜਾਣ ਬੁੱਝ ਕੇ ਟੋਲ ਦੇ ਆਲੇ ਦੁਆਲੇ ਵਾਲੀਆਂ ਸੜਕਾਂ ਜਿਹੜੀਆਂ ਬਣਾਈਆਂ ਨਹੀਂ ਦੋ ਵਾਰੀ ਚਲੇ ਜਾਓਗੇ ਇੱਧਰ ਉੱਧਰ ਦੀ ਕੱਢ ਕੇ ਪਿੰਡਾਂ ਵੀ ਦੀ ਤੀਜੀ ਚੌਥੀ ਵਾਰੀ ਕਹੋਗੇ ਕਾਹਨੂੰ ਗੱਡੀ ਭਰਨੀ ਹੈ 50 ਰੁਪਏ ਉੱਥੇ ਦੇ ਦਿੰਦੇ ਆ ਯਾਰ ਇੱਦਾਂ ਘੇਰ ਕੇ ਲਿਆਉਂਦੇ ਆ ਮਤਲਬ ਲੁੱਟਣ ਵਾਸਤੇ ਸੋ ਇਹ ਹੋ ਨਹੀਂ ਸਕਦਾ ਇਹ ਟੋਲ ਦੇ ਜਿਹੜੇ ਰੂਲ ਨੇ ਇੰਟਰਨੈਸ਼ਨਲ ਉਹ ਇਹ ਕਹਿੰਦੇ ਨੇ ਕਿ ਟੋਲ ਕੰਪਲਸਰੀ ਨਹੀਂ ਹੋ ਸਕਦਾ ਅਲਟਰਨੇਟਿਵ ਹੋ ਸਕਦਾ ਕੈਨੇਡਾ ਅਮਰੀਕਾ 'ਚ ਟੋਲ ਨੇ ਉੱਥੇ ਉਹ ਕਹਿੰਦੇ ਨੇ ਕਿ ਜੇ ਤਾਂ ਤੁਸੀਂ ਟਾਈਮ ਘੱਟ ਹੈ 15 ਮਿੰਟਾਂ ਜਾਣਾ ਤਾਂ ਇਸ ਰੋਡ ਰਾਹੀਂ ਚਲੇ ਜਾਓ $10 ਲੱਗਣਗੇ ਜੇ ਤੁਹਾਡੇ ਕੋਲ ਟਾਈਮ ਹੈ ਅੱਧਾ ਘੰਟਾ 35 ਮਿੰਟ ਲੱਗ ਸਕਦੇ ਨੇ ਤਾਂ ਦੂਜੀ ਰੋਡ ਹੈ ਅਤੇ ਸਾਡੇ ਇੱਥੇ ਕਹਿੰਦੇ ਜੀ ਇੱਥੋਂ ਦੀ ਹੀ ਜਾਓ ਹੁਣ ਸਾਹਨੇ ਵਾਲਾ ਚੱਕ ਕੇ ਲਿਆ ਕੇ ਲਾਡੋਹਾਲ ਲਾ ਲਿਆ ਹੁਣ ਦਰਿਆ ਵਿੱਚ ਦੀ ਕਿਵੇਂ ਲੰਘੀਏ ਕਹਿੰਦੇ ਇੱਥੋਂ ਦੀ ਲੰਘੋ ਹਾਲਾਂਕਿ ਰੂਲ ਮੁਤਾਬਕ ਜਿਹੜਾ ਉਹਨਾਂ ਨਾਲ ਐਗਰੀਮੈਂਟ ਹੋਇਆ ਜਗ੍ਹਾ ਨਹੀਂ ਬਦਲ ਸਕਦੇ ਉਹ ਜਿੱਥੇ ਲੱਗ ਗਿਆ ਘੇਰਾ ਮਨਜ਼ੂਰ ਹੋ ਗਿਆ ਉਹ ਦੂਜਾ ਸ਼ੰਭੂ ਵਾਲਾ ਉਹ ਚੱਕ ਕੇ ਹਰਿਆਣੇ ਵਾਲੇ ਪਾਸੇ ਉਹ ਪੁੱਲ ਟੱਪ ਕੇ ਲਾ ਲਿਆ ਉਦੋਂ ਪਹਿਲਾਂ ਜਦੋਂ ਸੀ ਉੱਥੋਂ ਬਨੂੜ ਨੂੰ ਸੜਕ ਮੁੜਦੀ ਸੀ ਇੱਕ ਉਹ ਟੋਲ ਦੇ ਅੰਡਰ ਨਹੀਂ ਆਉਂਦੀ ਸੀ ਉਹ ਕਹਿੰਦੇ ਜੀ ਲੋਕ ਤਾਂ ਇੱਧਰ ਦੀ ਲੰਘਣ ਲੱਗ ਗਏ ਆਪਾਂ ਪਿੱਛੇ ਕਰ ਲੈਣਾ ਥੋੜ੍ਹਾ ਜਿਹਾ ਹੱਦ ਹੈ ਯਾਰ ਕੋਈ ਤਾਂ ਛੱਡ ਦਿਓ ਕਿੱਥੇ ਨਾਲ ਲੈ ਜਾਓਗੇ ਮੈਂ ਤਾਂ ਇੰਨੀ ਕਹਿਣਾ ਚਾਹੂੰਗਾ ਜਿਹੜੇ ਭ੍ਰਿਸ਼ਟਾਚਾਰ ਕਰਦੇ ਨੇ ਜਾਂ ਗਰੀਬਾਂ ਦੇ ਪੈਸੇ ਲੁੱਟਦੇ ਆ ਜਾਂ ਉਹਨਾਂ ਦੇ ਚੁੱਲ੍ਹਿਆਂ ਦੀ ਅੱਗ ਬੁਝਾਉਂਦੇ ਆ ਕਿ ਜਿਤਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ ਪੇ ਜੇਬ ਨਹੀਂ ਹੋਤੀ ਸਭ ਕੁਛ ਇੱਥੇ ਰਹਿ ਜਾਂਦਾ ਸੋ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਸੁਣਿਆ ਇੰਨੇ ਸੰਜਮ ਨਾਲ ਸੁਣਿਆ ਮਾਣ ਸਤਿਕਾਰ ਦਿੱਤਾ ਮੈਂ ਤੁਹਾਡਾ ਲੁਧਿਆਣਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਭਗਵਾਨ ਵਿਸ਼ਵਕਰਮਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ